ਪੰਜਾਬ ਕਰੋਨਾ ਵਰਗੀ ਭਿਆਨਕ ਮਹਾਮਾਰੀ ਨਾਲ ਜੂਝ ਰਿਹਾ ਹੈ ਅਤੇ ਪੰਜਾਬ ਦੀਆਂ ਸੁਰੀਲੀਆਂ ਆਵਾਜ਼ਾਂ ਸ਼ਾਂਤ ਹਨ ਕੁਝ ਉਂਗਲੀ ਤੇ ਗਿਣ ਜੋਗੇ ਹੀ ਗਾਇਕ ਹਨ ਜਿਨ੍ਹਾਂ ਨੇ ਪੰਜਾਬੀਆਂ ਦੀ ਇਸ ਵਿਵਪਤਾ ਦੀ ਘੜੀ ਵਿੱਚ ਬਾਹ ਪੜੀ ਹੈ ਮਦਦ ਲਈ ਖੁੱਲ ਕੇ ਅੱਗੇ ਆਏ ਹਨ ਜਿਨ੍ਹਾਂ ਨੇ ਸਟਾਰ ਬਣਾਇਆ ਕੋਟੀਆਂ ਬੰਗਲਿਆਂ ਕਾਰਾਂ ਦੇ ਮਾਲਕ ਬਣਾਇਆ ਉਹਨਾਂ ਪੰਜਾਬੀਆਂ ਦਾ ਕਰਜ਼ਾ ਮੋੜਨ ਦਾ ਵੇਲਾ ਹੈ ਤਾਂ ਪੰਜਾਬ ਦੇ ਨਾਮਵਰ ਗਾਇਕ ਕਲਾਕਾਰ ਖਾਮੋਸ਼ ਨਜ਼ਰ ਆ ਰਹੇ ਨੇ ਸਭ ਤੋਂ ਵੱਡੀ ਹੈਰਾਨੀ ਤਾਂ ਪੰਜਾਬੀ ਗਾਇਕੀ ਦੇ ਬਾਬਾ ਬਹੁੜ ਅਤੇ ਪੰਜਾਬ ਦੀ ਆਵਾਜ਼ ਮੰਨੇ ਜਾਂਦੇ ਗੁਰਦਾਸ ਮਾਨ ਸਾਹਤੋਂ ਹੈ ਜੋ ਸਿਰਫ ਡਫਲੀ ਵਜਾ ਕੇ ਹੀ ਡੰਗਸਾਰ ਰਹੇ ਨੇ ਉਹਨਾਂ ਨੂੰ ਖੁਦ ਇੱਕ ਨਜ਼ੀਰ ਬੰਨਣਾ ਚਾਹੀਦਾ ਹੈ ਮਦਦ ਲਈ ਅੱਗੇ ਆਉਣਾ ਚਾਹੀਦਾ ਸੀ ਜਿਸ ਨੂੰ ਵੇਖਾ ਵੇਖੀ ਹੋਰ ਕਲਾਕਾਰ ਵੀ ਅੱਗੇ ਆਉਂਦੇ ਕੀ ਉਹਨਾਂ ਤੋਂ ਇੰਨਾ ਵੀ ਨਹੀਂ ਸਰਿਆ ਕਿ ਕਿਸੇ ਸਮਾਜਿਕ ਅਤੇ ਨੈਤਿਕ ਜ਼ਿੰਮੇਵਾਰੀ ਤਹਿਤ ਇਸ ਦੁੱਖ ਦੀ ਘੜੀ ਵਿੱਚ ਪੰਜਾਬੀਆਂ ਦੀ ਮਦਦ ਲਈ ਅੱਗੇ ਆਉਂਦੇ ਕਿਉਂਕਿ ਅੱਜ ਉਹ ਜੋ ਹਨ ਉਹ ਪੰਜਾਬ ਦੀ ਇਸ ਮਿੱਟੀ ਦੀ ਹੀ ਦੇਣ ਹਨ ਇਹ ਤਾਂ ਖੁਦ ਵੀ ਮੰਨਦੇ ਹਨ ਤਾਂ ਫਿਰ ਇਸ ਮਿੱਟੀ ਦਾ ਕਰਜ਼ਾ ਮੋੜਨ ਲਈ ਉਹ ਪਿੱਛੇ ਕਿਉਂ ਹਨ ਆਪੋ ਆਪਣੀ ਸਮਰੱਥਾ ਮੁਤਾਬਕ ਕੁਝ ਗਾਇਕਾਂ ਵੱਲੋਂ ਵੱਡਾ ਯੋਗਦਾਨ ਸਰਕਾਰੀ ਫੰਡ ਵਿੱਚ ਪਾਇਆ ਗਿਆ ਹੈ ਪਰ ਗੀਤਾਂ ਵਿੱਚ ਪੰਜਾਬ ਪੰਜਾਬ ਦੀ ਰੱਟ ਲਗਾਉਣ ਵਾਲੇ ਗਾਇਕ ਪੰਜਾਬ ਨਾਲ ਅਸਲ ਮੁਹੱਬਤ ਕਦੋਂ ਵਿਖਾਉਣਗੇ ਇਹ ਇੱਕ ਵੱਡਾ ਸਵਾਲ ਹੈ ਪੰਜਾਬ ਪੰਜਾਬ ਦੀ ਰੱਟ ਲਗਾਉਣ ਵਾਲੇ ਭਗਵੰਤ ਮਾਨ ਤੋਂ ਲੈ ਕੇ ਨਵਜੋਤ ਸਿੰਘ ਸਿੱਧੂ ਸਮੇਤ ਪੰਜਾਬ ਹਤਾਇਸ਼ੀ ਨਾਮੀ ਚਿਹਰੇ ਹੁਣ ਲੱਭਿਆ ਵੀ ਨਹੀਂ ਲੱਭ ਰਹੇ ਨਵਜੋਤ ਸਿੰਘ ਸਿੱਧੂ ਕੀ ਨਵੇਂ ਬਣਾਏ YouTube ਚੈਨਲ ਤੋਂ ਸਿਰਫ ਪੰਜਾਬੀਆਂ ਨੂੰ ਸ਼ੇਰੋ ਸ਼ੇਰੀ ਹੀ ਸੁਣਾਉਂਦਾ ਰਹੇਗਾ ਅੱਜ ਲੋੜ ਇਕਲੀਆਂ ਗੱਲਾਂ ਦੀ ਹੀ ਨਹੀਂ ਬਲਕਿ ਜੇਬਾਂ ਦਾ ਗੱਲਾਂ ਖੋਲਣ ਦੀ ਵੀ ਹੈ ਬੱਬੂ ਮਾਨ ਨੇ ਕੋਰੋਨਾ ਖਿਲਾਫ ਸੁਨੇਹਾ ਦਿੱਤਾ ਤੇ ਦਸ਼ਵੰਦ ਕੱਢਣ ਦੀ ਵੀ ਹਾਮੀ ਭਰੀ ਹੈ ਹਾਲਾਂਕਿ ਸਤਿੰਦਰ ਸਰਤਾਜ ਸਮੇਤ ਗਾਇਕ ਰਣਜੀਤ ਤਬਾਬਾ ਵੱਲੋਂ ਲੰਗਰ ਲਗਾ ਕੇ ਸਿੱਧੀ ਮਦਦ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਉਹ ਪ੍ਰਸ਼ੰਸਾਯੋਗ ਵੀ ਹੈ ਪਰ ਅੱਜ ਪੰਜਾਬ ਨੂੰ ਨਾ ਸਟਾਰ ਚਿਹਰਿਆਂ ਦੀ ਲੋੜ ਹੈ ਪੰਜਾਬੀਆਂ ਨੂੰ ਆਪਣੇ ਮਹਿਬੂਬ ਕਲਾਕਾਰਾਂ ਦੀ ਫਿਰਾਕਦਲੀ ਦਾ ਇੰਤਜ਼ਾਰ ਹੈ ਸਾਹਮਣੇ ਇੱਕ ਵੱਡੀ ਮੁਸੀਬਤ ਮੂੰਹ ਅੱਡੀ ਖੜੀ ਹੈ ਜਿਸ ਨਾਲ ਨਜਿੱਠਣ ਲਈ ਸਿਰਫ ਵੀਡੀਓ ਬਣਾ ਅਪੀਲਾਂ ਕਰਨ ਨਾਲ ਡੰਗ ਨਹੀਂ ਸਰਨਾ ਬਲਕਿ ਖੁੱਲ ਕੇ ਮਦਦ ਲਈ ਅੱਗੇ ਆਉਣਾ ਹੋਵੇਗਾ ਹਾਲਾਂਕਿ ਪੰਜਾਬੀ ਫਿਲਮ ਇੰਡਸਟਰੀ ਦੇ ਪਰਦੇ ਦੇ ਪਿੱਛੇ ਕੰਮ ਕਰਨ ਵਾਲੇ ਕਾਮਿਆਂ ਦੀ ਮਦਦ ਲਈ ਕਲਾਕਾਰ ਆਣ ਖੜੇ ਹਨ ਜਿਨ੍ਹਾਂ ਦਾ ਸ਼ੂਟਿੰਗ ਬੰਦ ਹੋਣ ਦੇ ਚੱਲਦਿਆਂ ਰੋਜ਼ਗਾਰ ਖੁੱਸ ਗਿਆ ਹੈ ਨੌਰਥ ਜ਼ੋਨ ਫਿਲਮ ਤੇ ਟੀ ਐਸੋਸੀਏਸ਼ਨ ਵੱਲੋਂ ਇਹ ਹਮਲਾ ਹਰ ਹਲਕੇ ਮਾਰਿਆ ਗਿਆ ਹੈ ਅਤੇ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਅਹਦ ਲਿਆ ਗਿਆ ਹੈ। ਦੇਸ਼ ਕਰੋਨਾ ਕਰਕੇ ਬਹੁਤ ਵੱਡੀ ਮੁਸੀਬਤ ਚੋਂ ਲੰਘ ਰਿਹਾ ਹੈ। ਉਹੀ ਹਾਲਾਤ ਪੰਜਾਬ ਦੇ ਵਿੱਚ ਨੇ। ਅਸੀਂ ਆਪਣੀ ਫਿਲਮ ਇੰਡਸਟਰੀ ਦੀ ਗੱਲ ਕਰੀਏ ਤੇ ਬੜੀ ਮੁਸ਼ਕਲ ਦੀ ਘੜੀ ਹੈ। ਸ਼ੂਟਿੰਗਸ ਬੰਦ ਨੇ। ਸਾਡੇ ਬਹੁਤ ਸਾਰੇ ਸਪੌਟ ਬॉय ਲਾਈਟmen ਸਾਡੇ ਜੂਨੀਅਰ ਆਰਟਿਸਟਸ ਮਿਊਜ਼ੀਸ਼ੀਅਨਸ ਮੇਕਅਪ ਆਰਟਿਸਟ హెయిర్ ਸਟਾਈਲਿਸ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਇਸ ਵੇਲੇ ਹੈਂਡ ਟੂ ਮਾਉਥ ਵਿਚਾਰੇ ਸੀਗੇ ਔਰ ਉਹਨਾਂ ਦਾ ਇਸ ਵੇਲੇ ਮੈਨੂੰ ਲੱਗਦਾ ਕੰਮ ਬੰਦ ਹੋਇਆ ਪਿਆ ਸੋ ਅਸੀਂ ਕਲਾਕਾਰਾਂ ਨੇ ਰਲ ਕੇ ਕੋਪਰਾਲਾ ਕੀਤਾ ਜਿਹਦੀ ਬੜੀ ਸੋਹਣੀ ਸ਼ੁਰੂਆਤ ਗਿੱਪੀ ਗਰੇਵਾਲ ਹੋਣਾ ਤੋਂ ਹੋ ਚੁੱਕੀ ਹੈ ਬੜਾ ਹੈਂਡਸਮ ਅਮਾਉਂਟ ਉਹਨਾਂ ਨੇ ਦਿੱਤਾ ਅਸੀਂ ਨਜ਼ਫਤਾ ਯਾਨੀ ਨਾਰਥਰਨ ਫਿਲਮ ਐਂਡ ਟੈਲੀਵਿਜ਼ਨ ਆਰਟਿਸਟ ਐਸੋਸੀਏਸ਼ਨ ਦੇ ਮੁਲਕ ਫੰਡ ਰੇਸ ਕਰ ਰਹੇ ਹਾਂ ਤੇ ਅਸੀਂ ਇਹਨਾਂ ਲੋੜਵੰਦਾਂ ਤੱਕ ਰਾਸ਼ਨ ਦਵਾਈਆਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਔਰ ਮੌਜੂਦਾ ਦੌਰ ਦੇ ਵਿੱਚ ਹੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸੋ ਮੈਂ ਬੇਨਤੀ ਕਰਦਾ ਕਿ ਸਾਰੇ ਪੰਜਾਬ ਦੇ ਉਸ ਸਮਰੱਥ ਕਲਾਕਾਰ ਜਿਹੜੇ ਇਸ ਇੰਡਸਟਰੀ ਦੇ ਉੱਤੋਂ ਆਪਣੀ ਰੋਜ਼ੀ-ਰੋਟੀ ਕਮਾਉਂਦੇ ਨੇ ਔਰ ਮਹਾਰਾਜ ਨੇ ਬਹੁਤ ਕੁਝ ਉਹਨਾਂ ਨੂੰ ਦਿੱਤਾ ਅੱਗੇ ਆਉਣ ਲੋੜਵੰਦਾਂ ਦੀ ਮਦਦ ਕਰਨ ਇਹ ਉਹ ਪ੍ਰალაਸੀ ਤਾਂ ਕਰ ਰਹੇ ਆ ਕਿ ਦੂਸਰੇ ਇੰਡਸਟਰੀਜ਼ ਦੇ ਲੋਕ ਵੀ ਅੱਗੇ ਆਉਣ ਕੱਪੜੇ ਵਾਲਾ ਆਪਣੀ ਲਾਈਨ ਨੂੰ ਅਡਾਪਟ ਕਰੇ ਫਰਨੀਚਰ ਵਾਲੇ ਆਪਣੀ ਲਾਈਨ ਨੂੰ ਅਡਾਪਟ ਕਰਨ ਲੋਹੇ ਦਾ ਵਪਾਰੀ ਆਪਣੀ ਲਾਈਨ ਨੂੰ ਅਡਾਪਟ ਕਰੇ ਤੇ ਆਪਾਂ ਲੋੜਵੰਦਾਂ ਤੱਕ ਇਸ ਮੁਸੀਬਤ ਦੀ ਘੜੀ ਦੇ ਵਿੱਚ ਰਾਸ਼ਨ ਤੇ ਲੁੜਿੰਦੀਆਂ ਦਵਾਈਆਂ ਪਹੁੰਚਦੀਆਂ ਕਰ ਸਕੀਏ ਮੈਂ ਪੰਜਾਬ ਦੇ ਹਰ ਕਲਾਕਾਰ ਨੂੰ ਬੇਨਤੀ ਕਰਦਾ ਕਿ ਮਲਕੀਤ ਰੌਣੀ ਹੁਣਾਂ ਨਾਲ ਕੰਟੈਕਟ ਕਰੋ ਜਿਹੜੇ ਸਾਡੇ ਜਨਰਲ ਸੈਕਟਰੀ ਨੇ ਜਾਂ ਤੁਸੀਂ ਆਪਣਾ ਸਾਡੇ ਪੋਰਟਲ ਤੇ ਜਾ ਕੇ ਇਸ ਅਕਾਊਂਟ ਨੂੰ ਦੇਖੋ ਅਤੇ ਦੇ ਵਿੱਚ ਜ਼ਰੂਰ ਆਪਣੇ ਫੰਡਸ ਪਾਓ ਬਹੁਤ ਮਿਹਰਬਾਨੀ ਸ਼ੁਕਰੀਆ ਬਾਲੀਵੁੱਡ ਦੇ ਅਦਾਕਾਰ ਜੇ 100 ਵਿੱਚ ਮੁਲਕ ਤੇ ਪਈ ਇਸ ਵਿਪਤਾ ਮੌਕੇ ਆਣ ਖੜੇ ਹਨ ਅਕਸ਼ੇ ਕੁਮਾਰ ਵੱਲੋਂ 25 ਕਰੋੜ ਪ੍ਰਧਾਨ ਮੰਤਰੀ ਫੰਡ ਲਈ ਦਿੱਤੇ ਗਏ ਹਨ ਤਾਂ ਬਾਕੀ ਅਦਾਕਾਰ ਵੀ ਖੁੱਲਕੇ ਮਦਦ ਕਰ ਰਹੇ ਹਨ ਸਲਮਾਨ ਖਾਨ ਨੇ 25000 ਵਰਕਰਾਂ ਦੀ ਤਨਖਾਹ ਤੇ ਖਾਣ ਪੀਣ ਦਾ ਜ਼ਿੰਮਾ ਚੁੱਕਿਆ ਹੈ ਉਹ ਆਪਣਾ ਨੈਤਿਕ ਫਰਜ਼ ਪੂਰਾ ਕਰ ਰਹੇ ਹਨ ਕਿ ਉਹਨਾਂ ਦੀ ਸਮਾਜਿਕ ਜ਼ਿੰਮੇਵਾਰੀ ਹੈ ਕਿ ਜਦੋਂ ਮੁਲਕ ਮੁਸ਼ਕਲ ਵਿੱਚ ਹੈ ਤੇ ਸ਼ਵਾਸੀ ਮੁਸ਼ਕਲ ਵਿੱਚ ਹਨ ਤਾਂ ਅਸੀਂ ਉਹਨਾਂ ਦੀ ਇਸ ਮੁਸ਼ਕਲ ਮੌਕੇ ਮਦਦ ਕਰੀਏ ਪਰ ਪੰਜਾਬ ਕਮੰਡਲੀ ਦਾ ਰਵਈਆ ਉਹਨਾਂ ਦੇ ਪੰਜਾਬ ਪ੍ਰਤੀ ਆਪਣਾ ਦੇ ਦਾਅਵਿਆਂ ਨੂੰ ਵੇਪਰਦਾ ਕਰ ਰਿਹਾ ਹੈ ਜੇਕਰ ਤੁਹਾਨੂੰ ਸਾਡਾ ਇਹ ਅਪਰਾਹਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ